ਬੜੀਆਂ ਕਰੜੀਆਂ ਔਖੀਆਂ ਪ੍ਰੀਖਿਆਵਾਂ ਸਨ। ਜਦੋਂ ਲਾਸਟ ਪ੍ਰੀਖਿਆ ਲਈ ਸੀ ਤਾਂ ਭਾਈ ਸਾਹਿਬ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ ਜਦੋਂ ਹਾੜੀ ਦੀ ਬਿਜਾਈ ਕਰਨੀ ਸੀ, ਕਣਕਾਂ ਬੀਜਣੀਆਂ ਸਨ, ਗੁਰੂ ਸਾਹਿਬ ਦੇ ਕੋਲ ਲਗਭਗ 100 ਸਿੱਖ ਕਰਤਾਰਪੁਰ ਡੇਰੇ 'ਚ ਰਹਿੰਦਾ ਸੀ ਗੁਰੂ ਨਾਨਕ ਦੇਵ ਜੀ। ਉਹਨਾਂ ਸਿੱਖਾਂ ਨੂੰ ਬੁਲਾ ਕੇ ਕਿਹਾ ਭਾਈ ਹਲ ਵਾਹੋ ਅਤੇ ਖੇਤੀ ਦੀ ਤਿਆਰੀ ਕਰੋ, ਬਿਜਾਈ ਕਰਨੀ ਹੈ। ਉਹਨਾਂ ਨੇ ਬੜੇ ਮਿਹਨਤ ਨਾਲ ਹਲ ਵਾਹਿਆ, ਕਿਉਂਕਿ ਹਲ ਵਾਹੁਣਾ ਵੀ ਕਿਹੜਾ ਸੌਖਾ ਕੰਮ ਸੀ ਉਦੋਂ। ਅੱਜ ਕੱਲ੍ਹ ਦੇ ਟਰੈਕਟਰ ਨਾਲ ਖੇਤੀ ਹੁੰਦੀ ਹੈ, ਪਹਿਲਾਂ ਹਾਲੀਆਂ ਨੂੰ ਪਤਾ, ਪੁਰਾਣੇ ਬਜ਼ੁਰਗਾਂ ਨੂੰ, ਆਪਣੇ ਤੇ ਇੱਕ ਪੀੜ੍ਹੀ ਪਿਛਲਿਆਂ ਨੂੰ ਪੁੱਛੋ। ਹਲ ਦੀ ਜੰਗੀ ਫੜ ਕੇ ਰਾਤ ਨੂੰ 12-1 ਵਜੇ ਲੱਗਦੇ ਸਨ ਅਤੇ ਬੜੀ ਮੁਸ਼ਕਲ ਨਾਲ ਜਾ ਕੇ ਦਿਨ ਚੜ੍ਹੇ ਤਾਂ ਕੋਈ ਕਿੱਲਾ ਅੱਧਾ ਕਿੱਲਾ ਹਲ ਵਾਹਿਆ ਜਾਂਦਾ ਸੀ। 100-150 ਕਿੱਲਾ ਜ਼ਮੀਨ ਸੀ ਸ਼੍ਰੀ ਕਰਤਾਰਪੁਰ ਸਾਹਿਬ, ਜੋ ਕਰੋੜੀਏ ਸੇਠ ਨੇ ਗੁਰੂ ਨਾਨਕ ਦੇਵ ਜੀ ਨੂੰ ਅਰਦਾਸ ਕਰਾਈ ਸੀ। ਉਸ ਜ਼ਮੀਨ ਵਿੱਚ ਹਲ ਵਾਹ ਕੇ ਕਣਕ ਦੀ ਬਿਜਾਈ ਕੀਤੀ। ਜਦੋਂ ਕਣਕ ਦੀ ਬਿਜਾਈ ਹੋ ਗਈ, ਕਣਕ ਬੀਜੀ ਗਈ, ਉਹਦੀ ਸੰਭਾਲ ਹੋਈ ਅਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਲਾਂਗਰੀ ਨੂੰ ਬੁਲਾ ਕੇ ਕਹਿੰਦੇ ਲੰਗਰ ਬੜਾ ਜ਼ਿਆਦਾ ਖਰਚ ਹੁੰਦਾ ਹੈ, ਇਸ ਤਰ੍ਹਾਂ ਕਰੋ ਇੱਕ ਦਿਨ ਦੇ ਵਿੱਚ ਇੱਕ ਵਾਰੀ ਲੰਗਰ ਬਣਿਆ ਕਰੇ, ਦੋ ਟਾਈਮ ਨਹੀਂ, ਇੱਕ ਟਾਈਮ ਲੰਗਰ ਬਣੇਗਾ। ਸਵੇਰੇ ਪ੍ਰਸ਼ਾਦਾ ਮਿਲੇਗਾ, ਅਗਲੇ ਦਿਨ ਫਿਰ ਸਵੇਰੇ ਹੀ ਮਿਲੇਗਾ, ਸ਼ਾਮ ਨੂੰ ਨਹੀਂ ਮਿਲਣਾ। ਜਦੋਂ ਹੁਣ ਲੰਗਰ ਇੱਕ ਟਾਈਮ ਮਿਲਣ ਲੱਗ ਪਿਆ, ਮੇਰੇ ਵਰਗੇ 100 ਚੋਂ 50 ਕੁ ਬੰਦੇ ਦੌੜ ਗਏ। ਜਦੋਂ 50 ਕੁ ਬੰਦੇ ਦੌੜ ਗਏ ਅਤੇ ਖੇਤਾਂ 'ਚ ਕੰਮ ਵੀ ਕਰਨਾ ਪੈਂਦਾ ਸੀ, ਗੋਡੀ ਕਰਨੀ, ਖੇਤਾਂ 'ਚ ਪਾਣੀ ਲਾਉਣਾ, ਮਾਲ ਡੰਗਰ ਨੂੰ ਸੰਭਾਲਣਾ, ਲੰਗਰ ਦੇ ਭਾਂਡੇ ਮਾਂਜਣੇ, ਲੰਗਰ ਪਕਾਉਣਾ, ਵਰਤਾਉਣਾ, ਪ੍ਰਸ਼ਾਦਾ ਇੱਕ ਟਾਈਮ ਮਿਲਣਾ, ਅਤੇ ਹੁਣ ਦੋ ਟਾਈਮ ਤਿੰਨ ਟਾਈਮ ਖਾਣ ਵਾਲੇ ਬੰਦੇ ਨੂੰ ਇੱਕ ਟਾਈਮ ਮਿਲੇ, ਅੱਧੇ ਬੰਦੇ ਭੱਜ ਗਏ ਸ਼੍ਰੀ ਕਰਤਾਰਪੁਰ ਸਾਹਿਬ ਤੋਂ। ਜਦੋਂ 50 ਕੁ ਬੰਦੇ ਰਹਿ ਗਏ ਅਤੇ ਮਹਾਰਾਜ ਕਹਿੰਦੇ ਲੰਗਰ ਅਜੇ ਵੀ ਖਰਚਾ ਜ਼ਿਆਦਾ ਹੈ, ਇੱਕ ਦਿਨ ਵਿੱਚੋਂ ਨਾਂਗਾ ਪਾ ਲਿਆ ਕਰੀਏ, ਅੱਜ ਲੰਗਰ ਬਣਾਵਾਂਗੇ, ਪਰਸੋਂ ਬਣੇਗਾ। ਜਦੋਂ ਇੱਕ ਦਿਨ ਬਾਅਦ ਲੰਗਰ ਮਿਲਦਾ ਸੀ ਉਦੋਂ ਹੀ ਔਖੇ ਸੀ, ਜਦੋਂ ਤੀਜੇ ਦਿਨ ਮਿਲਣ ਲੱਗਾ ਤਾਂ ਅੱਧੇ ਜਿਹੜੇ ਰਹਿੰਦੇ ਸੀ ਉਹ ਵੀ ਭੱਜ ਗਏ, 25 ਕੁ ਰਹਿ ਗਏ। ਜਦੋਂ 25-20 ਰਹਿ ਗਏ ਤਾਂ ਮਹਾਰਾਜ ਕਹਿੰਦੇ ਚਲੋ ਹੁਣ ਦੋ ਟਾਈਮ ਲੰਗਰ ਕਰ ਦਿਓ। ਸਵੇਰੇ ਸ਼ਾਮ ਲੰਗਰ ਤਾਂ ਬਣਨ ਲੱਗ ਪਿਆ, ਕਰਦਿਆਂ ਕਰਦਿਆਂ ਕਣਕ ਦੇ ਜਿਹੜੇ 4 ਮਹੀਨੇ ਸੀ ਲੰਘ ਗਏ, ਕਣਕਾਂ ਪੱਕ ਗਈਆਂ। ਅੱਜ ਕੱਲ੍ਹ ਦੇ ਮੌਸਮ ਵਿੱਚ ਚੇਤਰ ਵਿਸਾਖ ਵਿੱਚ ਵਾਢੀਆਂ ਹੋਈਆਂ, ਸੱਚੇ ਪਾਤਸ਼ਾਹ ਦੇ ਖੇਤਾਂ 'ਚ ਉਹਨਾਂ 20 ਬੰਦਿਆਂ ਨੇ ਬੜੀ ਮਿਹਨਤ ਨਾਲ 100 ਕਿੱਲਾ ਪੈਲੀ ਕਣਕ ਵੱਢੀ ਅਤੇ ਵੱਢ ਕੇ ਭਰੀਆਂ ਬਣਾ ਕੇ ਪੰਡਾਂ ਬੰਨ੍ਹ ਕੇ ਰੱਖ ਦਿੱਤੀ। ਮਹਾਰਾਜ ਕਣਕ ਨੂੰ ਗਾਹਣ ਪਾ ਲਈਏ, ਗਾਹਣ ਦਾ ਮਤਲਬ ਹੁੰਦਾ ਦਾਣੇ ਕੱਢਣੇ। ਅੱਜ ਕੱਲ੍ਹ ਤਾਂ ਫਰਾਟਿਆਂ ਨਾਲ, ਮਸ਼ੀਨਾਂ ਨਾਲ, ਪਹਿਲਾਂ ਬਲਦਾਂ ਫਲਿਆਂ ਨਾਲ ਉਹ ਗੇੜਦੇ ਸਨ ਅਤੇ ਦਾਣੇ ਕੱਢਦੇ ਸਨ, ਬੜਾ ਮਿਹਨਤ ਵਾਲਾ ਕੰਮ ਸੀ ਉਹ। ਮਹਾਰਾਜ ਕਹਿੰਦੇ ਨਹੀਂ, ਸਾਰੀ ਕਣਕ ਇੱਕ ਥਾਂ 'ਤੇ ਇਕੱਠੀ ਕਰਕੇ ਨਾ ਅੱਗ ਲਾ ਦਿਓ। ਉਹ 20-22 ਬੰਦੇ ਕਹਿੰਦੇ ਬਾਬਾ ਜੀ ਬਜ਼ੁਰਗ ਹੋ ਗਏ ਹੁਣ, ਇਹਨਾਂ ਦਾ ਦਿਮਾਗ ਹੁਣ ਕੰਮ ਨਹੀਂ ਕਰਦਾ, ਇੰਨੀ ਮਿਹਨਤ ਕੀਤੀ ਹੈ 100 ਕਿੱਲੇ ਦੀ ਕਣਕ ਨੂੰ ਅੱਗ ਲਾ ਦਈਏ, ਲੰਗਰ ਕਿੱਥੋਂ ਖਾਵਾਂਗੇ। ਅਤੇ ਜ਼ਿਮੀਂਦਾਰ ਜਿਹਨੇ ਫਸਲ ਕੁੱਤਾਂ ਦਾ ਪਾਲੀ ਹੁੰਦੀ ਹੈ ਨਾ, ਉਹ ਅੱਗ ਨਹੀਂ ਲਾ ਸਕਦਾ। ਇਹ ਵੀ ਇੱਕ ਬੜੀ ਵੱਡੀ ਗੱਲ ਹੈ, ਆਪਣੇ ਹੱਥੀਂ ਬੀਜੀ ਹੋਈ, ਆਪਣੇ ਹੱਥੀਂ ਪਾਲੀ ਹੋਈ ਫਸਲ ਅਤੇ ਉਹਨੂੰ ਅੱਗ ਲਾ ਦਈਏ। ਉਹ ਜਿਹੜੇ ਸਨ ਸਾਧ ਸੰਗਤ ਜੀ ਉਹ ਵੀ ਪਿਛਾਂ ਹਟ ਗਏ, ਮਹਾਰਾਜ ਕਹਿੰਦੇ ਹੁਕਮ ਨਹੀਂ ਮੰਨਦੇ, ਕਹਿੰਦੇ ਆਹ ਹੁਕਮ ਨਹੀਂ ਮੰਨਿਆ ਜਾਂਦਾ। ਅਤੇ ਗੱਲ ਹੁਕਮ ਮੰਨਣ 'ਤੇ ਮੁੱਕਣੀ ਸੀਗੀ, ਮਹਾਰਾਜ ਆਪ ਗਏ ਅਤੇ ਕਣਕ ਨੂੰ ਅੱਗ ਲਾ ਦਿੱਤੀ। ਉਹਦਾ ਉਹਨਾਂ ਦਾ ਜੋਸ਼ ਸੀ, ਉਹਨਾਂ ਦੀ ਲੀਲਾ ਸੀ। ਜਦੋਂ ਕਣਕ ਨੂੰ ਅੱਗ ਲਾ ਦਿੱਤੀ ਅਤੇ ਉਹ ਜਿਹੜੇ ਵਿੱਚੋਂ 20-22 ਸਨ, ਉਹਨਾਂ ਵਿੱਚੋਂ ਵੀ 10-12 ਭੱਜ ਗਏ, ਵੀ ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ, ਆਪਾਂ ਤਾਂ ਗੁਰੂ ਬਣ ਮੰਨ ਕੇ ਆਏ ਸੀ, ਗੁਰੂਆਂ ਵਾਲੀ ਤਾਂ ਗੱਲ ਹੀ ਕੋਈ ਨਹੀਂ, ਬਾਬਾ ਜੀ ਦਾ ਤਾਂ ਮਸਤਾਨਾ ਪਹਿਰਾ ਹੋ ਗਿਆ। ਜੇ ਗੁਰੂ ਸਵਾਂਗ ਵਰਤਦਾ, ਭਾਈ ਗੁਰਦਾਸ ਜੀ ਨੇ ਲਿਖਿਆ ਗੁਰੂ ਕੋਈ ਵੀ ਸਵਾਂਗ ਬਦਲ ਸਕਦਾ, ਗੁਰੂ ਕੋਈ ਵੀ ਰੂਪ ਧਾਰਨ ਕਰ ਸਕਦਾ, ਗੁਰੂ ਕੋਈ ਵੀ ਲੀਲਾ। ਅੱਜ ਆਪਾਂ ਕਹਿ ਤਾਂ ਦਿੰਦੇ ਹਾਂ ਵੀ ਸਿੱਖ ਸਾਨੂੰ ਤਾਂ ਸਾਧ ਸੰਗਤ ਦੀ ਆਸਾਦੀਆਂ ਸੁਣ ਕੇ ਹੀ ਨਹੀਂ ਬਰਦਾਸ਼ਤ ਹੁੰਦੀਆਂ, ਜਿਨ੍ਹਾਂ ਦੇ ਨਾਲ ਬੀਤੀਆਂ ਉਹਨਾਂ ਨੂੰ ਪੁੱਛੋ ਕੀ ਹੋਇਆ ਹੋਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਗ ਲਾ ਦਿੱਤੀ ਕਣਕ ਨੂੰ, ਗੁਰੂ ਨੇ ਚਲੇ ਗਏ। ਜਦੋਂ ਚਲੇ ਗਏ ਰਹਿ ਗਏ 10-12,
सच्चे पातशाह महाराज ने एक नवा रूप आरंभ किया। कहते सिर ते भी रस्से लपेट ले, लक नूं भी रस्से लपेट ले, एक हाथ से छुरा फड़ लिया, एक डांग फड़ ली, शिकारियों वाला रूप बना लिया, पांच सत कुत्ते नाल अपनी माया नाल ही प्रकट कर ले, दो चार नूं डंडे मारे, दो चार नूं छुरे दिखाए। वो जिहड़े दस बारह सी उन्हां विचों भी चार क जने रह गए, वो भी भज गए, परां हट गए, खलो गए। कहिंदे बाबा जी दा हुण पता नहीं किहड़ा किहनूं छुरा मार देण, किहड़ा सिर पाड़ देण। कल्ले सतगुरु रावी वल चल पए श्री गुरु नानक देव जी। वो चार जने किहड़े सन? एक तां भाई लहणा श्री गुरु अंगद देव जी महाराज सन, एक भाई भगीरथ जी, एक भाई सधारण जी, बाबा बुढ़ा जी। ये जिहड़े चार पांच जने पिछे पिछे तुरे आए रावी दे ते डेरे दे विचकार जा के महाराज कहिंदे तुसीं पिछा क्यों नहीं जाते, पिछा मुड़ जाओ। बाकी चले गए ने, सारा डेरा खाली हो गया, तो तुसीं क्यों नहीं जाते? बाबा बुढ़ा जी के मूँह तो निकलिया, महाराज तुहाडे सिख जो होए। महाराज कहिंदे मेरे सिख हो ते आ बलदी अग दे छाल मार। अग बल रही सी, इदां लग रहा सी जिवें कोई मुरदा सड़ रहा होवे, कोई चिता बल रही होवे। हुण अग विच किहड़ा छाल मारे? भाई लहणे ने छाल मार दिती। वह अग तो है नहीं सी, वह अग सिर्फ दिसदी सी, प्रतीत होंदी सी, वास्तव विच नहीं सी, ठंडी ठार सी। जिहड़ा हुण पास हो जांदा है अगली क्लास विच दाखल हो जांदा है, जिहड़ा फेल हो जांदा है वह पिछे रह जांदा है। तां तुसीं जाणदे हो सारी दुनिया का नियम है। वो चार उत्थे खड़े रह गए, भाई लहणा जी नाल तुर पए। जदों रावी दे कंडे ते पहुँचे ते महाराज कहिंदे लहणिया बाकी सारे चले गए ने, तू क्यों नहीं जाता, तू भी चला जा। कहन लगा सच्चे पातशाह मेरा तेरे तो बिना कोई टिकाणा कोई नहीं, तेरे तो बिना मेरी कोई थां कोई नहीं। कहन लगे अच्छा जे मेरे तो बिना तेरा कोई टिकाणा नहीं, फिर मेरा हुक्म मन ते आ मुर्दा पिया मुर्दा खा लै। रावी दरिया दे विच डेड बॉडी रुड़ के आई हुई, कपड़े च लपेटी हुई, साइड ते पई है। साध संगत जी ये लास्ट प्रीख्या सी, हुण तुसीं जाणदे हो मर जाना सौखा है। साडे वर्गे बंदे नूं कोई कहे तैनू मार देंगे जां मुर्दा खा ते जां मरन लई तैयार हो जा, असीं कहांगे मार भावें दे मुर्दा नहीं खाधा जाता, मुर्दा खाना बड़ा औखा है, मुर्दा खा लै। सच्चे पातशाह सिर वलों खावांगे पैरों वलों? महाराज कहते पैरों वलों सानू कप जा के कपड़ा चुकया, वो मुर्दा तो है नहीं सी, कड़ा प्रसाद दियां देगा ही सन। वो छगियां जदों श्री गुरु नानक साहब देखते दे रहे, चुप के गालना ला लिया, कहन लगे तेरे मेरे च कोई फर्क नहीं रह गया, को सतनाम श्री वाह जोत ओहा जुगत साए, सहकाया फेर प्रटी है, बचन मन लिया हुक्म मनिया होवै परवान, तां खसमें का महल पाई सी, वो खसम दे महल ज परवान हो गए। गुरु नानक साहब फड़ के बाहों वापस ले आए, जिन्हें भज गए दौड़ गए सन सारे बुला ले, कहिंदे आ जाओ असीं कोई तुहाडे दुश्मन नहीं हाँ, तुसीं भी साडे सिख हो, पर तुहानू एक गुरु देना सी, तुहानू एक आगू देना सी, जिहड़ा 100 नंबर लैके पास होना सी उही बनना सी, दूजियां दे वस दी गल नहीं सी। नहीं तां सारयां ने कहना सी मैं गुरु बनना, मैं गुरु बनना,